ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਨਜੀਤ ਕੌਰ ਪੇਸ਼ ਨਹੀਂ ਚੁਣੂਆਂ ਖਬਰਾਂ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਾਂਗਰਸ ਨੇਤਾ ਸੁਪਾਲ ਸਿੰਘ ਖੈਰਾ ਨੂੰ ਫਾਜ਼ਿਲਕਾ ਦੀ ਅਦਾਲਤ ਨੇ ਦੋ ਦਿਨਾਂ ਦੀ ਪੁਲਿਸ ਰਿਮਾਨ ਤੇ ਭੇਜਿਆ ਕਾਂਗਰਸੀ ਵਫਦ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਗ੍ਰਿਫਤਾਰੀ ਵਿਰੁੱਧ ਮੰਗ ਪੱਤਰ ਸੌਂਪਿਆ ਕੇਂਦਰੀ ਯੋਗ ਮੰਤਰਾਲਾ ਤੇ ਸਭਿਆਚਾਰ ਮੰਤਰਾਲਾ ਵੱਲੋਂ 1 ਅਕਤੂਬਰ ਤੋਂ ਇੱਕ ਤਰੀਕ ਇੱਕ ਘੰਟਾ ਇੱਕ ਸਾਥ ਪ੍ਰੋਗਰਾਮ ਦਾ ਆਯੋਜਨ ਦੂਸਰਾ ਦੇ ਪ੍ਰਸਾਰਨ ਮੰਤਰੀ ਵੱਲੋਂ ਕੇਬਲ ਨੈਟਵਰਕ ਨਿਯਮ 1994 ਵਿਸਤੋਹ ਸ੍ਰੀ ਦੇ ਆਜ਼ਮ ਪਾਗਸ ਸਿੰਘ ਦੇ ਜਨਮ ਦਿਵਸ ਤੇ ਨਿੱਕੀਆਂ ਸ਼ਰਧਾਂਜਲੀਆ ਪੇਟ ਤੇ ਕੇਂਦਰੀ ਖੇਡ ਮੰਤਰੀ ਅਨ ਰਾਜ ਸਿੰਘ ਠਾਕੁਰ ਵੱਲੋਂ ਉਨ੍ਹਾਂ ਨੂੰ ਆਸ਼ੀਆਈ ਖੇਡਾਂ ਦੇ ਤਮਗਾ ਜੇਤੂ ਖਿਡਾਰੀ ਸਨਮਾਨਿਤ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਾਂਗਰਸ ਨੇਤਾ ਸੁਖਪਾਲ ਸਿੰਘ ਖੈਰਾ ਨੂੰ ਫਾਜ਼ਿਲਕਾ ਦੀ ਅਦਾਲਤ ਨੇ ਦੋ ਦਿਨਾਂ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਪੁਲਾਤ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਜਲਾਲਾਬਾਦ ਪੁਲਿਸ ਨੇ ਅੱਜ ਸਵੇਰੇ 8:30 ਵਜੇ ਉਹਨਾਂ ਦੇ ਚੰਡੀਗੜ੍ਹ ਘਰੋਂ ਗ੍ਰਿਫਤਾਰ ਕਰ ਲਿਆ ਸੀ। ਖੈਰਾ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਬਾਅਦ ਵਿੱਚ ਫਾਜ਼ਿਲਕਾ ਲਿਜਾ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ ਦੋ ਦਿਨ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਸੁਖਪਾਲ ਸਿੰਘ ਖੈਰਾ ਦੀ ਗ੍ਰਿਫਤਾਰ dis maand wys kyk dit kyk hier ਜ਼ਿਕਰਯੁਕੀ ਕਿ 2015 ਵਿੱਚ ਸਰਹੱਦੀ ਇਲਾਕੇਜ ਕੋ ਸਮਗਲਰ ਨਸ਼ੀਲੇ ਪਦਾਰਥ ਤੇ ਹਤਿਆਰਾ ਸੜੇ ਗ੍ਰਿਫਤਾਰ ਕੀਤੇ ਗਏ ਸਨ ਜਿਨ੍ਹਾਂ ਦੋਸਤ ਬੰਖੇਰਾ ਨਾਲ ਦੱਸਿਆ ਗਿਆ ਸੀ ਅਦਾਲਤ ਨੇ ਖੇਰਾ ਨੂੰ ਸਬੰਨ ਵੀ ਜਾਰੀ ਕੀਤੇ ਸਨ ਪਰ ਸੁਪਰੀਮ ਕੋਰਟ ਨੇ ਉਸ ਸਬੰਨ ਨੂੰ ਰੱਦ ਕਰ ਦਿੱਤਾ ਸੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਡੀਆਈਜੀ ਸੁਪਨ ਸ਼ਰਮਾ ਦੀ ਅਗਵਾਈ ਹੇਠ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਤੇ ਇਸ ਵੱਲੋਂ ਕੀਤੀ ਗਈ ਪੜਤਾਲ ਦੇ ਨਤੀਜੇ ਵਜੋਂ ਖੇਰਾ ਦੀ ਗ੍ਰਿਫਤਾਰੀ ਹੋਈ ਹੈ ਵਕਵਾ ਕਾਂਗਰਸੀ ਨੇਤਾਵਾਂ ਵੱਲੋਂ ਖੇਰਾ ਦੀ ਗ੍ਰਿਫਤਾਰੀ ਦੀ ਸਖਤ ਨਿੰਦਾ ਕੀਤੀ ਗਈ ਹੈ ਪਰ ਆਮ आदमी पार्टी ने कहा कि पुलिस को सबूत ने। इस दौरान कांग्रेसी नेता ने जलानाबाद अगवा करने का दोष लगाया कहना है।, है कि चंडगढ़ का प्रबंध प्रशासकोंख्या खेरा की गिरफ्तारी वाले चंडगढ़ कोई अधिकारी जवान मौजूद नहीं सुखपाल खेरा की गिरफ्तारी तो बाद आदमी पार्टी कांग्रेस वालों गढ़छोड़ बना के चलन दिये गलों की सच्चाई पंजाब एक बार फिर खुल के सामने आ रही सूबे कांग्रेस आप सरकार के विरोध में हमलावर हो गई कांग्रेस भगवंत मान ਸਰਕਾਰ ਦੇ ਵਿਰੋਧੀ ਧਿਰ ਨੂੰ ਦਬਾਉਣ ਦਾ ਦੋਸ਼ ਲਗਾਇਆ ਹੈ ਉਹ ਦਸੁਖਪਾਲ ਸਿੰਘ ਖੈਰਾ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਤੇ ਹਤਿਆ ਦੀ ਸਾਜ਼ਿਸ਼ ਦਾ ਦੋਸ਼ ਲਗਾਇਆ ਹੈ ਉਹਨਾਂ ਕਿਹਾ ਕਿ ਦਿੱਲੀ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ ਵਿਰੋਧੀ ਘਰਚੜ ਵਿੱਚ ਸ਼ਾਮਲ ਹੋਣ ਦੀ ਗੱਲ ਤਾਂ ਕਰਦੇ ਨੇ ਪਰ ਪੰਜਾਬ ਵਿੱਚ ਕਾਂਗਰਸ ਦੀ ਆਵਾਜ਼ ਦਬਾਉਣ ਦਾ ਕੰਮ ਕਰ ਰਹੇ ਨੇ ਸੁਖਪਾਲ ਸਿੰਘ ਖੈਰਾ ਦੀ ਗ੍ਰਿਫਤਾਰੀ ਮਗਰੋਂ ਕਾਂਗਰਸ ਦੇ ਵਫਦ ਵੱਲੋਂ ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਵਫਦ ਵੱਲੋਂ ਗਵਰਨਰ ਨੂੰ ਆਪ ਸਰਕਾਰ ਦੀ ਸ਼ਿਕਾਇਤ ਕੀਤੀ ਗਈ ਹੈ ਕਿ ਅੱਜ ਜੋ ਕੁਝ ਵੀ ਵਾਪਰਿਆ ਉਸ ਬਾਰੇ ਰਾਜਪਾਲ ਨੂੰ ਜਾਣੂ ਕਰਵਾਇਆ ਗਿਆ ਹੈ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੁਖਪਾਲ ਸਿੰਘ ਖੈਰਾ ਬਿਨਾਂ ਕਿਸੇ ਵੇਰੰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਸਰਕਾਰ ਅੰਗਰੇਜ਼ ਹਕੂਮਤ ਵਾਂਗ ਕੰਮ ਕਰ ਰਹੀ ਹੈ। ਬਾਜਵਾ ਨੇ ਕਿਹਾ ਕਿ ਅਸੀਂ ਸਾਰੇ ਇਸ ਲੜ ਪਾਲ ਸਿੰਘ ਖੈਰਾ ਨਾਲ ਖੜੇ ਹਾਂ ਉਹਨਾਂ ਦੱਸਿਆ ਕਿ ਖੈਰਾ ਦੀ ਗ੍ਰਿਫਤਾਰੀ ਸੰਬੰਧੀ ਰਾਜਪਾਲ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਹੈ ਭਾਰਤੀ ਜਨਤਾ ਪਾਰਟੀ ਦੇ ਕੌਮੀ ਚਰਨਸਕਰ ਤੇ ਤਰुण ਛੋਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਬਦਲਾਅ ਦੀ ਰਾਜਨੀਤੀ ਲੈ ਕੇ ਸੱਤਾ ਵਿੱਚ ਆਈਏ ਪਰ ਉਹ ਹੁਣ ਬਦਲਾ ਬਦਲਾਖੋਰੀ ਤੇ ਬਦਲੀ ਦੀ ਰਾਜਨੀਤੀ ਉੱਪਰ ਚੱਲ ਰਹੀ ਹੈ ਆਮ ਆਦਮੀ ਪਾਰਟੀ ਬਦਲਾਅ ਕੀ ਰਾਜਨੀਤੀ ਦੇ ਨਾਮ ਪਰ ਸੱਤਾ ਮੇ ਆਈ ਸੀ ਪਰ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਬਦਲਾ और बदलाखोरी व बदली इन तीन विषयों पर ही काम कर रही है ये राजनीति करना गलत है स्वच्छता ही सेवा 2023 का थीम कूड़ा मुक्त भारत मिथ्या किया है इस मुहिम हेत अक्टूबर महीने की पहली तिथि को आयुष मंत्रालय सभ्याचारक मंत्रा होर विभाग एक तरीक एक घंटा एक साथ प्रोग्राम आयुष मंत्रालय वना देश भर दो सौ तागम का मंत्रालय ने वूबार केन्द्र शासित प्रदेशों सारी आयुष सेहत तंदरूस्तीन्द्र त्रमदान गतिविधि का आयोजन करने की बेनती प्रधानमंत्री नरेंद्र मोदी ने मन की बात के एक सौ पंजे एपीसोड समूह नागरिकांली अक्तूबर नवेरे दस बजे स्वच्छता से साझे घंटे का श्रमदान कर अपील की उन्होंने इस सपराले गांधी जयंती की पूर्व संध्या से बापू नजलि दस पिछले नौ सालों में स्वच्छ भारत एक बड़ा अभियान बना सभी ने अपना योगदान दिया बच्चों ने इसमें एक इमोशनल पावर ला दी सेलिब्रिटीज ने इसको ऊंचाई दी जन जन ने इसको भारत के कोने कोने में एक मिशन बना दिया ਇਸ ਦੌਰਾਨ ਸਵੱਛਤਾ ਹੀ ਸੇਵਾ ਤਹਿਤ ਪੰਜਾਬ ਵਿੱਚ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅੰਮ੍ਰਿਤਸਰ ਨਗਰ ਨਿਗਮ ਨੇ ਸਿਹਤ ਮੰਤਰਾਲੇ ਨਾਲ ਮਿਲ ਕੇ ਆਪਣੀ ਹਦੂਦ ਅੰਦਰ ਆਉਂਦੇ ਪੰਜ ਵਿਧਾਨ ਸਭਾ ਖੇਤਰਾਂ ਵਿੱਚ ਸਵੱਛਤਾ ਨਾਲ ਸੰਬੰਧਿਤ ਪ੍ਰੋਗਰਾਮ ਆਯੋਜਿਤ ਕਰਨ ਦਾ ਖਾਕਾ ਤਿਆਰ ਕੀਤਾ ਹੈ ਨਗਰ ਨਿਗਮ ਦੇ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਇੱਕ ਘੰਟੇ ਦਾ ਸ਼ਰਮਦਾਨ ਕਰਨ ਦੀ ਅਪੀਲ ਕੀਤੀ ਹੈ केंद्रीय मंत्री नितिन गडकरी ने आज नवी दिल्ली में स्वच्छता ही सेवा बारे पत्रकारों जानकारी देंद दे दे दस कि कचरा हटने वातावरण की हवा शुद्ध होगी उन्होंने कहा कि प्लास्टिक तो क्रूड पेट्रोल क्डन के यतन किए जा रहे हैं गडकरी ने दस कि कार्बन डाइऑक्साइड की दी निकासी में कमी आई है तो स्वच्छता ही सेवा प्रोग्राम लोगों को श्रमदान राही सहयोग लिया जाएगा और प्लास्टिक वेस्ट से हम क्रूड पेट्रोल निकाल और ट्रैक्टर में ट्रक में वो डीजल के इसमें पचास टक्के डालकर हमने सक्सेसफुली एक्सपेरिमेंट किया है देश में ऐसे मथुरा में अनेक जगह पर प्रयोग है तो प्लास्टिक से क्रूड पेट्रोल ये भी निकलेगा एल्यूमिनियम हम इंपोर्ट करते हैं वो वेस्ट में कहाँ आएगा ग्लास से हम रिसाइकलिंग करते हैं और जो वेस्ट है उसको हम लेकर उसको रोड में यूज कर रहे हैं ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ 1994 ਵਿੱਚ ਮੁੱਖ ਸੋਧ ਕੀਤੀ ਹੈ। ਮੰਤਰਾਲੇ ਨੇ ਬਹੁਪਰਨਾਲੀ ਪ੍ਰਚਾਲਕ ਪंजीकरण ਦੀ ਨਵੀਨੀਕਰਨ ਲਈ ਨਿਯਮਾਂ ਵਿੱਚ ਸੋਧ ਕਰਨ ਵਾਲੀ ਇੱਕ ਕਾਰਡ ਪ੍ਰਣਾਲੀ ਦੀ ਅਦੀ ਸੂਚਨਾ ਜਾਰੀ ਕੀਤੀ ਹੈ। ਕੇਵਲ ਪ੍ਰਚਾਰਕਾਂ ਵੱਲੋਂ ਬੁਨਿਆਦੀ ਢਾਂਚਾ ਸਾਂਝਾ ਕਰਨ ਦੇ ਨਿਯਮ ਵਿੱਚ ਇੱਕ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਬ੍ਰੌਡਬੈਂਡ ਸੇਵਾ ਪ੍ਰਦਾਨ ਕਰਨ ਵਾਲੇ ਅੰਤਿਮ ਕੋਨੇ ਤੱਕ ਇੰਟਰਨੈਟ ਦੀ ਪਹੁੰਚ ਨੂੰ ਵਧਾਉਣਗੇ। ਸੂਚਨਾ ਤੇ ਪ੍ਰਸਾਰਣ ਮੰਤਰਾਲਾ ਦੇ ਬ੍ਰੌਡਬੈਂਡ ਸੇਵਾ ਪੋਰਟਲ ਉੱਪਰ ਬਹੁਪਰਨਾਲੀ ਪ੍ਰਚਾਲਕ ਆਨਲਾਈਨ ਪंजीकरण ਦੀ ਨਵੀਨੀਕਰਨ ਲਈ ਅਰਜ਼ੀ ਕੇ ਬੋਪਨਾਂ ਲਈ ਪਰਚਾਲਕਾਂ ਦੇ ਪੰਜੀ ਕਰਨ 10 ਸਾਲ ਦੇ ਸਮੇਂ ਲਈ ਨਵੇਂ ਕੀਤੇ ਜਾਣਗੇ ਭਾਰਤ ਵਿੱਚ ਹਰੀ ਕ੍ਰਾਂਤੀ ਦੇ ਜਨਕ ਪ੍ਰਸਿੱਧ ਖੇਤੀ ਵਿਗਿਆਨੀ ਐਮ ਐਸ ਸੁਆਮੀਨਾਥਨ ਦਾ ਅੱਜ ਚਨਈ ਵਿੱਚ ਦਿਹਾਂਤ ਹੋ ਗਿਆ ਹੈ 98 ਵਰਿਆਂ ਦੇ ਸਨ स्वामीनाथन ने अपनी नीतियां राही सामाजिक क्रांति ल्याके 1960 ਦੇ ਦਹਾਕੇ ਵਿੱਚ ਭਾਰਤ ਨੂੰ ਆਕਾਲ ਵਰਗੇ ਹਾਲਾਤਾਂ ਤੋਂ ਬਚਾਇਆ ਸੀ। ਉਹਨਾਂ ਨੇ ਐਮਐਸ स्वामीनाथन ਖੋਜ ਕੇਂਦਰ ਦੀ ਸਥਾਪਨਾ ਕੀਤੀ ਤੇ ਉੱਚ ਉਤਪਾਦਕਾਂ ਵਾਲੇ ਕਣਕ ਦੇ ਬੀਜ ਵਿਕਸਿਤ ਕੀਤੇ ਜਿਸ ਨਾਲ ਭਾਰਤ ਵਿੱਚ ਸ਼ਰੀਕ ਕ੍ਰਾਂਤੀ ਆਈ। 1972 ਤੋਂ 1984 ਵਿਚਾਲੇ ਭਾਰਤੀ ਖੇਤੀ ਖੋਜ ਕੌਂਸਲ ਦੇ ਮਹਾਨ ਨਿਰਦੇਸ਼ਕ ਅਤੇ 1982 ਤੋਂ 1988 ਵਿਚਾਲੇ ਕੋਮਾਂਦਰੀ ਚੌਲ ਖੋਜ ਸੰਗਠਨ ਦੇ ਮਾਦੇਦਿਸ਼ਕ ਰਹੇ। ਖੇਤੀ ਨੀਤੀਆਂ ਦੇ ਮੋਰਚੇ ਉੱਪਰ ਚਲਾਗਾ ਹੋ ਕੰਮ ਕਰਨ ਵਾਲੇ स्वामीनाथन ਨੂੰ ਕਈ ਕੋਮਾਂਦਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਪਦਮ ਸ਼੍ਰੀ ਪਦਮ ਪੂਰਨ ਤੇ ਪਦਮ ਵਿਪੂਰਨ ਨਾਲ ਵੀ ਸਨਮਾਨਿਤ ਕੀਤਾ ਗਿਆ ਕਿਸਾਨਾਂ ਦੀ ਉਪਜ ਨੂੰ ਲਾਹੇਵੰਦ ਮੁੱਲ ਮਿਲੇ ਇਸ ਲਈ ਉਹਨਾਂ ਇੱਕ ਰਿਪੋਰਟ ਤਿਆਰ ਕੀਤੀ ਜਿਸ ਨੂੰ ਸੁਆਮੀ ਨਾਥਨ ਰਿਪੋਰਟ ਨਾਲ ਜਾਣਿਆ ਜਾਂਦਾ ਹੈ ਕਈ ਕਿਸਾਨ ਸੰਗਠਨ ਇਸ ਰਿਪੋਰਟ ਨੂੰ ਪੂਰੀ ਤਰ੍ਹਾਂ ਲਾਗੂ ਕੀਤੇ ਜਾਣ ਦੀ ਮੰਗ ਕਰ ਰਹੇ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਡਾਕਟਰ ਸੁਆਮੀ ਨਾਥਨ ਦੇ ਦੇਹਾਂਤ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ ਰਾਸ਼ਟਰਪਤੀ ਨੇ ਕਿਹਾ ਕਿ ਖੁਰਾਕੀ ਖੇਤਰ ਵਿੱਚ ਰਾਸ਼ਟਰ ਨੂੰ ਆਤਮ ਨਿਰਭਰ ਬਣਾਉਣ ਲਈ ਸੁਆਮੀਨਾਥਨ ਦੇ ਯੋਗਦਾਨ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਐਮ ਐਸ ਸੁਆਮੀਨਾਥਨ ਦੇ ਦੇਹਾਨ ਤੇ ਦੁੱਖ ਪ੍ਰਗਟ ਕੀਤਾ ਹੈ ਆਪਣੇ ਸੁਨੇਹੀ ਵਿਸ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹਨਾਂ ਦੇ ਖੇਤੀਬਾੜੀ ਵਿੱਚ ਮਹੱਤਵਪੂਰਨ ਯੋਗਦਾਨ ਨੇ ਦੇਸ਼ ਤੇ ਲੱਖਾਂ ਲੋਕਾਂ ਦਾ ਜੀਵਨ ਬਦਲ ਦਿੱਤਾ ਅਤੇ ਦੇਸ਼ ਲਈ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਇਆ ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਸੰਤ ਸਿੰਘ ਛਤਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੋਦੀ ਨੇ ਸਿੱਖ ਪਾਈਚਾਰੇ ਲਈ ਸ਼ਾਨਦਾਰ ਕੰਮ ਕੀਤਾ ਹੈ ਸਿੱਖਾਂ ਨੂੰ ਉਹਨਾਂ ਤੇ ਮਾਣੇ ਸੰਤ ਸਿੰਘ ਛਤਵਾਲ ਨੇ ਕਿਹਾ ਕਿ ਭਾਰਤ ਵਿੱਚ ਸਿੱਖ ਪਾਈਚਾਰੇ ਦੇ ਲੋਕ ਐਮ ਔਦਿਆਂ ਤੇ ਹਨ ਸਿੱਖਾਂ ਵਿੱਚੋਂ ਸ਼ਾਇਦ ਹੀ ਕੋਈ ਖਾਲਿਸਤਾਨ ਦਾ ਸਮਰਥਨ ਕਰਦਾ ਹੋਵੇ ਕੁਝ ਵੱਡੀਆਂ ਗਲਤਫਹਿਮੀਆਂ ਚੱਲ ਰਹੀਆਂ ਨੇ ਉਹਨਾਂ ਕਿਹਾ ਕਿ ਅਸੀਂ ਸਾਰੇ ਸਿੱਖ ਭਾਰਤ ਨਾਲ ਪਿਆਰ ਕਰਦੇ ਹਾਂ दुख की बात है कि जो कुछ सरदार लोग बहुत कम लोग जो है खालिस्तान की बात कर रहे हैं अगर आप देखा जाए हम बीस मिलियन इंडिया में हैं और इतने सिख लोग खुश हैं नॉर्थ अमेरिका में सब जो सरदार जो खुश लोग हैं मगर वो थोड़े से आदमी जो कनाडा में या अमेरिका में कोई खालिस्तान की बात करते हैं कुछ लोगों ने तो पंजाब देखा भी नहीं है तो इस करके हमें मोदी की लीडरशिप में बहुत खुशी की बात है कि देखो हमारे पास हरदीप सिंह पुरी सरदार जी इतनी कैबिनेट मिनिस्टर हैं ਸੰਦੂ ਸਾਹਿਬ ہمارے ਸਰਦਾਰ ਜੀ ਅਮੈਰ ਇੰਡੀਅਨ ਐਮਬੈਸਡਰ ਟੂ ਅਮਰੀਕਾ ਹੈ ਉਸ ਿੱਕ ਕੇ ਪਾਸ ਇਤਨੀ ਪ੍ਰਮਾਨਿਤ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਵਸ ਅੱਜ ਦੇਸ਼ ਭਰ ਵਿੱਚ ਮਨਾਇਆ ਗਿਆ। ਦੇਸ਼ ਨੂੰ ਬਰਤਾਨਵੀ ਹਕੂਮਤੋਂ ਆਜ਼ਾਦ ਕਰਵਾਉਣ ਲਈ ਸ਼ਹੀਦ ਭਗਤ ਸਿੰਘ ਨੇ 23 ਸਾਲ ਦੀ ਬਰਜਵਾਨੀ ਉਮਰ ਵਿੱਚ ਫਾਂਸੀ ਦਾ ਰਸਤਾ ਚੁਣ ਲਿਆ ਸੀ। ਉਹਨਾਂ ਦਾ ਜਨਮ ਅੱਜ ਦੇ ਦਿਨ 28 ਸਤੰਬਰ 1907 ਨੂੰ ਲੰਦੇ ਪੰਜਾਬ ਦੇ ਲਾਇਲਪੁਰ ਜ਼ਿਲ੍ਹੇ ਦੇ ਬੰਗਾਪਿੰਡ ਵਿੱਚ ਹੋਇਆ ਸੀ। ਸ਼ਹੀਦ ਭਗਤ ਸਿੰਘ ਨੂੰ ਅੱਜ ਉਹਨਾਂ ਦੇ ਜਨਮ ਦਿਵਸ ਤੇ ਸਮੂਹ ਦੇਸ਼ਵਰ ਨੂੰ ਸ਼ਰਧਾ ਦੇ ਫੁੱਲ ਪੇਂਟ ਕੀਤੇ ਗਏ। ਅੱਜ ਖਟਕੜ ਕਲਾ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਰਾਜਪਦਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਭਗਤ ਸਿੰਘ ਦੇ ਸੁਪਨੇ ਸਾਕਾਰ ਕਰਨ ਲਈ ਯਤਨਸ਼ੀਲੇ। ਮਾਨ ਨੇ ਸਕੂਲ ਸਿਲੇਬਸ ਵਿੱਚ ਲੋਣੀਂਦਾ ਬਦਲਾਅ ਕਰਨ ਦਾ ਵੀ ਐਲਾਨ ਕੀਤਾ ਤਾਂ ਜੋ ਨੌਜਵਾਨ ਪੀੜੀ ਨੂੰ ਮਹਾਨ ਗੁਰੂ ਸਾਹਿਬਾਨ, ਸੰਤਾਂ, ਮਹਾਤਮਾ, ਪੀਰ ਪੈਗੰਬਰਾਂ ਅਤੇ ਸ਼ਹੀਦਾਂ ਦੇ ਜੀਵਨ ਵਿਚਾਰਧਾਰਾ ਅਤੇ ਸਿੱਖਿਆਵਾਂ ਬਾਰੇ ਜਾਣੂ ਕਰਵਾਇਆ ਜਾ ਸਕੇ। ਮੁੱਖ ਮੰਤਰੀ ਨੇ ਲੋਕਾਂ ਨੂੰ ਦੇਸ਼ ਨੂੰ ਮੋਰੀ ਬਣਾਉਣ ਲਈ ਜਾਤ, ਧਰਮ ਤੇ ਨਸਲ ਦੀਆਂ ਸੋੜੀਆਂ ਵਲਗਣਾ ਤੋਂ ਉੱਠੰਦਾ ਸੱਦਾ ਦਿੱਤਾ ਇਸ ਤੋਂ ਪਹਿਲਾਂ ਮੁਖਵੰਤਰੀ ਨੇ ਸ਼ਹੀਦ ਭਗਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਸ਼ਹੀਦ ਭਗਤ ਸਿੰਘ ਜਯੰਤੀ ਮੌਕੇ ਪਠਾਨਕੋਟ ਵਿੱਚ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਪਠਾਨਕੋਟ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਸਾਈਕਲ ਰੈਲੀ ਨੂੰ ਰਵਾਨਾ ਕੀਤਾ ਰੈਲੀ ਵਿੱਚ ਸਥਾਨਕ ਬੱਚਿਆਂ ਤੇ ਵੱਡਿਆਂ ਨੇ ਵੀ ਹਿੱਸਾ ਲਿਆ ਇਹ ਰੈਲੀ ਵਕਫਾ ਖਾਵਾ ਤੋਂ ਲੰਘਦੀ ਹੋਈ ਦੇਸ਼ ਭਗਤੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦੇਂਦੀ ਰਹੀ ਐਸਐਸਪੀ ਨੇ ਕਿਹਾ ਕਿ ਸਾਨੂੰ ਹੁਣ ਨਸ਼ਿਆਂ ਤੋਂ ਆਜ਼ਾਦੀ ਦੀ ਲੋੜ ਹੈ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਪਠਾਨਕੋਟ ਦੇ ਖਾਨਪੁਰ ਸਥਿਤ ਪਰਸਤਾਨ ਆਸ਼ਰਮ ਵਿੱਚ ਬਲੈਕ ਪਦਰੀ ਪੋਸ਼ਣ ਮਾਮਨਾਇਆ ਗਿਆ। ਇਸ ਦੌਰਾਨ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ ਤੇ ਹੈਲਦੀ ਬੇਬੀ ਸ਼ੋ ਵੀ ਕਰਵਾਇਆ ਗਿਆ। ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ। स डी पी ओ संजीव शर्मा ने महिलावान सही पोषण बारे जानकारी दी डॉ विनय ने महिलावान बच्चों के विकास लिए जरूरी खाद्य पदार्था के सेवन बारे सुझाव दिए। सुपरवाइजर ईशा शर्मा ने दसिया कि महिला और बाल विकास विभाग वालों जिले में पोषण माह मनाया जा रहा है वोग्राम किए जा रहे हैं ਕੇਂਦਰੀ ਖੇਡ ਮੰਤਰੀ ਅਨਰਕ ਸਿੰਘ ਠਾਕੁਰ ਨੇ 19ਵੀਂ ਆਸ਼ੀਆਈ ਖੇਡਾਂ ਵਿੱਚ ਮੈਡਲ ਜਿੱਤ ਕੇ ਪਰਤੇ ਖਿਡਾਰੀਆਂ ਨੂੰ ਅੱਜ ਸਨਮਾਨਿਤ ਕੀਤਾ। ਖੇਡ ਮੰਤਰੀ ਨੇ 30 ਖਿਡਾਰੀਆਂ ਨੂੰ ਸਨਮਾਨਿਤ ਕੀਤਾ ਹੈ। ਇਹਨਾਂ ਵਿੱਚ ਰਾਈਫਲ ਸ਼ੂਟਿੰਗ, ਰੋਇੰਗ ਦੇ ਖਿਡਾਰੀ ਅਤੇ ਮਹਿਲਾ ਕ੍ਰਿਕਟ ਟੀਮ ਦੇ ਖਿਡਾਰੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਇਤਿਹਾਸਿਕ ਤੌਰ 'ਤੇ ਮੋਹਤਾ ਹਾਸਲ ਕੀਤਾ ਹੈ, ਜਿਸse ਪੂਰੇ ਦੇਸ਼ ਨੂੰ ਮਾਣ ਹੈ। ਇਸ ਦੇ ਨਾਲ ਭਾਰਤ ਦੇ ਰੋਇੰਗ ਵਿੱਚ 2 ਚਾਂਦੀ ਦੇ ਅਤੇ 3 ਕਾਂਸੀ ਦੇ ਤਮਗੇਆਂ ਨਾਲ ਕੁੱਲ 5 ਤਮਕੇ ਜਿੱਤ ਕੇ ਦੇਸ਼ ਦਾ ਮਾਣ ਬਧਾਇਆ ਹੈ। ਨਿਸ਼ਾਨੇਬਾਜ਼ੀ ਵਿੱਚ ਭਾਰਤੀ ਰਾਈਫਲ, ਸ਼ੌਰਟਗਨ ਅਤੇ ਪਿਸਟਲ ਟੀਮਾਂ ਨੇ ਕਈ ਤਮਗੇ ਜਿੱਤੇ ਨੇ। ਕੇਂਦਰੀ

टोक्यो ओलंपिक्स में इस बार शूटिंग में सुधार हुआ कुछ अच्छे रिजल्ट्स देखने को मिले हैं और ये हमारे भविष्य के लिए जो ओलंपिक्स हम 2024 में पेरिस में खेलने जाएंगे उसके लिए भी सबका मनोबल और बढ़ता है इससे इस दौरान उन्नीवी एशियाई खेडों में भारत ने निशानेबाजी में एक हो सोने का तमगा हासिल किया है भारत ने दस मीटर एयर पिस्टल टीम इवेंट सोने तमगा जितया इस बार एशियाई भारत खेडों सोने का तमगा ए अर्जुन सरबजोत शिव निरवाल ने भारत को सोने का तमगा जिताया भारत ने सोने के तमगिया की दौड़ चीन पिछे है अर्जुन सिंह चीमा चीमात सिंह ने व्यक्तिगत वर्ग के फाइनल में भी थां बना ली है भारत ने वुशु भी चांदी का तमगा जित लिया भारत लोशीबीना नाउरेम देवी ने वुशू में चांदी का तमगा हासिल किया इस दौरान कोर्स ਵਾਰੀ ਵਿਸਪਾਰ ਦੇ ਅਨੁਸ਼ ਅਗਰਵਾਲ ਅਤੇ ਐਟ੍ਰੋ ਨੇ ਕੰਮ ਸਿਧਾ ਤਮਗਾ ਜਿੱਤੇ। ਖਬਰਾਂ ਦੇ ਬੁਲੇਟਿਨ ਸਾਡੇ ਦੁਸ਼ ਕਾਰਨ ਯੂ ਡੀ ਡੀ ਕੇ ਜੜੰਦੇ ਦੇ YouTube ਚੈਨਲ, Facebook ਪੇਜ ਅਤੇ X ਤੇ ਵੀ ਦੇਖ ਸਕਦੇ ਨੇ। ਤੇ ਬੁਲੇਟਿਨ ਦੇਖੀ ਵਿੱਚ ਛੋਣੀਆਂ ਖਬਰਾਂ ਇੱਕ ਵਾਰ ਫਿਰ ਤੋਂ। ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਾਂਗਰਸ ਨੇਤਾ ਸੁਖਪਾਲ ਸਿੰਘ ਖਿਆਰਾ ਨੂੰ ਫਾਜ਼ਿਲਕਾ ਦੀ ਅਦਾਲਤ ਨੇ 2 ਦਿਨਾਂ ਦੀ ਪੁਲਿਸ ਰਿਮਾਂਡ ਤੇ ਭੇਜਿਆ। ਕਾਂਗਰਸੀ ਵਫਦ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਗ੍ਰਿਫਤਾਰੀ ਵਿਰੁੱਧ ਮੰਗ ਪੱਤਰ ਸੌਂਪਿਆ। ਕੇਂਦਰੀ ਯੋਗਮੰਤਰਾਲੇ ਤੇ ਸਭਿਆਚਾਰ ਮੰਤਰਾਲੇ ਵੱਲੋਂ 1 ਅਕਤੂਬਰ ਤੋਂ ਇੱਕ ਤਰੀਕ ਇੱਕ ਕੰਟਾ ਇੱਕ ਸਾਥ ਪ੍ਰੋਗਰਾਮ ਦਾ ਆਯੋਜਨ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਕੇਬਲ ਨੈਟਵਰਕ ਨਿਯਮ 1993 ਵਿਸਥਾਰ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਤੇ ਨਿਗੀਆਂ ਸ਼ਰਧਾਂਜਲੀਆ ਪੇਂਟ ਤੇ ਕੇਂਦਰੀ ਖੇਡ ਮੰਤਰੀ ਅਨਰਾਜ ਸਿੰਘ ਠਾਕੁਰ ਵੱਲੋਂ 19 ਆਸ਼ੀਆਈ ਖੇਡਾਂ ਦੇ ਤਮਗਾ ਜੇਤੂ ਖਿਡਾਰੀ ਸਨਮਾਨਿਤ ਤੇ ਅੱਜ ਦੀਆਂ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ